ਸ਼੍ਰੋਮਣੀ ਅਕਾਲੀ ਦਲ ਵਿੱਚ ਸਾਨੂੰ ਜੋ ਮਾਣ ਮਿਲਿਆ ਹੈ ਉਹ ਕਿਸੇ ਪਰਿਵਾਰ ਜਾਂ ਬੰਦੇ ਨੇ ਨਹੀਂ ਦਿੱਤਾ, ਸਮੁੱਚੀ ਅਕਾਲੀ ਦਲ ਵਿੱਚ ਸੇਵਾ ਕਰਨ ਦੇ ਨਾਲ ਹੀ ਮਿਲਿਆ। ਇਸ ਕਰਕੇ ਅਸੀਂ ਅਕਾਲੀ ਦਲ ਨੂੰ ਮੁੜ ਤੋਂ ਇੱਕ ਵਿਚਾਰਧਾਰਾ ਅਧੀਨ ਦੇਖਣਾ ਚਾਹੁੰਦੇ ਹਾਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਬਾਦਲਾਂ ਨਾਲੋਂ ਵੱਖ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਬਕਾ ਸਰਪੰਚ ਦਰਬਾਰਾ ਸਿੰਘ ਦੇ ਪੋਤਰੇ ਅਤੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ ਦੇ ਬੇਟੇ ਦੀ ਸ਼ਾਦੀ ਮੌਕੇ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਪਰਿਵਾਰ ਦੀ ਜਾਇਦਾਦ ਨਹੀਂ, ਇਹ ਪੰਜਾਬ ਵਿੱਚ ਵੱਸਦੇ ਸਮੁੱਚੇ ਪੰਥ ਨੂੰ ਸਤਿਕਾਰ ਕਰਨ ਵਾਲਿਆਂ ਦੀ ਪਾਰਟੀ ਹੈ। ਇਸ ਨੂੰ ਮੁੜ ਤੋਂ ਇੱਕ ਵਿਚਾਰਧਾਰਾ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਇੱਕ ਨਵੇਂ ਪੰਜਾਬ ਦੀ ਸਿਰਜਣਾ ਕੀਤੀ ਜਾਵੇਗੀ, ਜਿਸ ਵਿੱਚ ਸਾਰੀਆਂ ਪੰਥਕ ਧਿਰਾਂ ਨੂੰ ਇਕੱਤਰ ਕੀਤਾ ਜਾਵੇਗਾ। ਉਹਨਾਂ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੈਂਸ ਭਰਾਵਾਂ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੇ ਸਵਾਲ 'ਤੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਖੁੱਲ੍ਹਾ ਸੱਦਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਉਹ ਇੱਕ ਫਰੰਟ 'ਤੇ ਇਕੱਤਰ ਹੋਣਾ ਚਾਹੁੰਦੇ ਨੇ। ਉਹਨਾਂ ਪੰਜਾਬ ਵਿੱਚ ਕੈਪਟਨਾਂ ਦੇ ਬਾਦਲਾਂ ਦੇ ਆਪਸੀ ਤਾਲਮੇਲ ਹੋਣ ਨਾਲ ਪੰਜਾਬ ਦਾ ਜੋ ਨੁਕਸਾਨ ਹੋਇਆ ਹੈ ਉਸ ਤੋਂ ਜਨਤਾ ਭਲੀ ਭਾਂਤੀ ਜਾਣੂ ਹੈ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਨਿਰਾਸ਼ ਹੋਏ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਵਾਲੀ, ਸਾਬਕਾ ਸਰਪੰਚ ਮਹਿੰਦਰ ਸਿੰਘ ਭੰਮੇਕਲਾਂ, ਸਾਬਕਾ ਸਰਪੰਚ ਸਤਨਾਮ ਸਿੰਘ ਭਲਾਈਕੇ, ਜਸਵੰਤ ਸਿੰਘ ਜੌੜਕਿਓਂ ਤੋਂ ਇਲਾਵਾ ਕਾਂਗਰਸ ਦੇ ਅਕਾਲੀ ਦਲ ਤੋਂ ਨਿਰਾਸ਼ ਪੰਚਾਂ ਸਰਪੰਚਾਂ ਨੇ ਪਰਮਿੰਦਰ ਸਿੰਘ ਢੀਂਡਸਾ ਨਾਲ ਫੋਟੋਆਂ ਕਰਵਾ ਕੇ ਦੁੱਖੜੇ ਰੋਏ। ਸ੍ਰੀ ਢੀਂਡਸਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇਮਚੰਦ ਚੌਧਰੀ ਸਦੂਲਗੜ੍ਹ ਦੀ ਭਰਜਾਈ ਦੇ ਭੋਗ ਸਮਾਗਮ ਵਿੱਚ ਵੀ ਹਾਜ਼ਰੀ ਲਗਵਾਈ। ਪਰਮਿੰਦਰ ਜੀ, ਜਿਹੜਾ ਸ਼੍ਰੋਮਣੀ ਅਕਾਲੀ ਦਲ 1920 ਤੋਂ ਲੈ ਕੇ ਇੱਥੇ ਹਿੰਦੁਸਤਾਨ ਵਿੱਚ ਹੋਣ 'ਚ ਆਇਆ, ਕੀ ਅਸੀਂ ਉਸ ਟਕਸਾਲੀ ਤੋਂ ਕੋਈ ਉਹਨੂੰ ਚੇਂਜ ਕਰ ਰਹੇ ਹਾਂ ਜਾਂ ਕੋਈ ਟਕਸਾਲੀ ਰੱਖਣਾ ਚਾਹੁੰਦੇ ਜਾਂ ਹੋਰ ਉਹਦੀ ਦਿਸ਼ਾ ਦੇ ਰਹੇ ਹਾਂ? ਕੋਈ ਮੈਂ ਇਕੱਲਾ ਨਹੀਂ ਤੈਅ ਕਰਨ ਵਾਲਾ, ਸਾਰੇ ਜਿਹੜੇ ਨੇ ਸਾਡੇ ਸਾਥੀ ਹਮਖਿਆਲੀ ਜਿਹੜੇ ਆ ਚੁੱਕੇ ਨੇ, ਇਕੱਠੇ ਹੋ ਚੁੱਕੇ ਨੇ, ਜਿਹੜੇ ਆਉਣ ਵਾਲੇ ਸਮੇਂ 'ਚ ਨਾਲ ਸਾਡੇ ਜੁੜਨਗੇ, ਸਾਰਿਆਂ ਦੀ ਰਾਏ ਨਾਲ ਹੀ ਇਹ ਫੈਸਲਾ ਕੀਤਾ ਜਾਊਗਾ। ਪਰ ਅੱਜ ਦੀ ਡੇਟ 'ਚ ਯਤਨ ਹੋ ਰਿਹਾ ਵੀ ਪਲੈਟਫਾਰਮ ਉਹਨਾਂ ਲੋਕਾਂ ਦਾ ਉਹਨਾਂ ਵਾਸਤੇ ਤਿਆਰ ਹੋ ਗਏ ਜਿੱਥੇ ਦੇ ਲੋਕ, ਜਿਨ੍ਹਾਂ ਨੇ ਬਜ਼ੁਰਗਾਂ ਨੇ ਜਾਂ ਜਿਨ੍ਹਾਂ ਨੇ ਖੁਦ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕੀਤਾ, ਜਿਹੜੇ ਅੱਜ ਮਿਊਸ ਹੋਏ ਪਾਰਟੀ ਦੀਆਂ ਨੀਤੀਆਂ ਤੋਂ ਘਰੇ ਬਹਿ ਗਏ ਜਾਂ ਛੱਡ ਕੇ ਹੋਰ ਪਾਰਟੀਆਂ ਚਲੇ ਗਏ, ਜਾਂ ਜਿਹੜਾ ਹੈ ਪਾਰਟੀ ਦੇ ਵਿੱਚ ਰਹਿ ਕੇ ਨਿਰਾਸ਼ ਨੇ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪਲੈਟਫਾਰਮ 'ਤੇ ਪਾਰਟੀ ਦੀ ਮਜ਼ਬੂਤੀ ਲਈ, ਪਾਰਟੀ ਦੀ ਸਿਧਾਂਤਕ ਮਜ਼ਬੂਤੀ ਲਈ, ਜੋ ਪਾਰਟੀ ਦੀ ਵਿਚਾਰਧਾਰਾ ਹੈ ਉਹਨੂੰ ਅੱਗੇ ਲਿਜਾਣ ਲਈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜੇ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਇਸ ਤੋਂ ਵਧੀਆ ਪੰਜਾਬ ਵਾਸਤੇ ਅਤੇ ਕੌਮ ਵਾਸਤੇ ਕੋਈ ਸੋਚ ਹੋ ਨਹੀਂ ਸਕਦੀ। ਪਰ ਸਮੇਂ ਦੇ ਨਾਲ ਉਹ ਕਿਤੇ ਜਿਹੜਾ ਸਾਡਾ ਮੂਲ ਸਿਧਾਂਤ ਸੀ ਉਹ ਪਿੱਛੇ ਰਹਿ ਗਏ, ਅਤੇ ਅਸੀਂ ਜਿਹੜਾ ਹੈ ਜ਼ਿਆਦਾ ਸਾਡਾ ਜ਼ੋਰ ਤਾਕਤ ਹਾਸਲ ਕਰਨ ਦੇ ਵਿੱਚ ਉਹ ਹੋ ਗਿਆ, ਅਤੇ ਉਸ ਤਾਕਤ ਹਾਸਲ ਕਰਨ ਦੀ ਜਿਹੜੀ ਦੌੜ ਹੈ ਉਹਦੇ ਕਰਕੇ ਕਾਫੀ ਵੱਡੇ ਜਿਹੜੇ ਨੁਕਸਾਨ ਹੋਏ, ਜੋ ਫੈਸਲੇ ਹੋਏ ਜਾਂ ਹੋਰ ਗੱਲਾਂ ਹੋਈਆਂ, ਅਸੀਂ ਜੋ ਆਪਣੇ ਪੰਜਾਬ ਪ੍ਰਤੀ ਜਾਂ ਜਿਹੜੇ ਸਾਡੇ ਸਿਧਾਂਤਕ ਸਟੈਂਡ ਸੀ ਉਹਨਾਂ 'ਤੇ ਨਹੀਂ ਖੜ ਸਕੇ, ਉਸੇ ਕਰਕੇ ਸੀ ਵੀ ਸਾਡੀਆਂ ਉਹ ਮਜਬੂਰੀਆਂ ਹੋ ਗਈਆਂ ਜਿਨ੍ਹਾਂ ਕਰਕੇ ਜਿਹੜਾ ਅਸੀਂ ਚੜਕ ਗਏ। ਸੋ ਹੁਣ ਸਾਡੀ ਕੋਸ਼ਿਸ਼ ਇਹੀ ਹੈ ਵੀ ਅਸੀਂ ਦੁਬਾਰੇ ਉਹਨਾਂ ਸਿਧਾਂਤਕ ਨੀਹਾਂ 'ਤੇ ਤੁਰਿਆ ਜਾਵੇ ਜਿਹਦਾ ਮੁੱਖ ਮਨੋਰਥ ਸੇਵਾ ਅਤੇ ਪੰਥ ਦੇ ਜਿਹੜਾ ਹੈ ਜੋ ਸਿਧਾਂਤ ਹੈ ਉਹਨਾਂ ਨੂੰ ਮਜ਼ਬੂਤ ਕਰਨਾ ਹੋਵੇ, ਨਾ ਕਿ ਸੱਤਾ ਪ੍ਰਾਪਤ ਕਰਨਾ। ਇਸ ਮਜ਼ਬੂਤੀ ਲਈ ਕੀ ਤੁਸੀਂ, ਜਿਹੜਾ ਬੰਦਾ ਕਾਂਗਰਸ ਤੋਂ ਵੀ ਅਕਾਲੀ ਦਲ ਤੋਂ ਵੀ ਤੰਗ ਹੈ, ਭਾਵੇਂ ਨਵਜੋਤ ਸਿੰਘ ਸਿੱਧੂ, ਕੀ ਤੁਸੀਂ ਉਹਨਾਂ ਨਾਲ ਕੋਈ ਮੀਟਿੰਗ ਕਰੋਗੇ ਜਾਂ ਉਹਨਾਂ ਨੂੰ ਨਾਲ ਲਓਗੇ? ਅਸੀਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਾਂਗੇ, ਕਿਉਂਕਿ ਦੇਖੋ ਮੈਂ ਇੱਕ ਗੱਲ ਸਪਸ਼ਟ ਕਹਿਣਾ ਚਾਹੁੰਦਾ ਵੀ ਸਾਡੀ ਕੋਈ ਲਾਲਚ ਨਹੀਂ, ਨਾ ਸਾਨੂੰ ਕਿਸੇ ਅਹੁਦੇ ਦੀ ਲੋੜ ਹੈ, ਨਾ ਕੋਈ ਹੋਰ, ਅਸੀਂ ਤਾਂ ਪਿੱਛੇ ਲੱਗਣ ਨੂੰ ਵੀ ਤਿਆਰ ਹੈ। ਪਰ ਬਸ਼ਰਤ ਹੈ ਵੀ ਉਹ ਲੋਕ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਸੁਣਦੇ ਹੋਣ ਅਤੇ ਇੱਕ ਚੰਗੀ ਸੋਚ ਲੈ ਕੇ
ਜਿਹੜਾ ਸਿਆਸੀ ਹੋਣ, ਅਸੀਂ ਉਹਨਾਂ ਦੇ ਨਾਲ ਪੂਰਾ ਸਹਿਯੋਗ ਵੀ ਦੇਵਾਂਗੇ, ਉਹਨਾਂ ਨਾਲ ਵੀ ਰਲ ਕੇ ਚੱਲਾਂਗੇ ਅਤੇ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਨਹੀਂ। ਉਹਨਾਂ ਨਾਲ ਹੋਰ ਨੇ ਇੱਕ ਬੈਸ ਭਰਾ ਜਿਵੇਂ ਆਮ ਆਦਮੀ ਪਾਰਟੀ ਕਹਿ ਲਓ, ਕੀ ਟਕਸਾਲ ਗਰੁੱਪ ਜਿਹੜਾ ਤੁਹਾਡਾ ਹੈਗਾ ਉਹ ਸਾਰਿਆਂ ਨਾਲ ਹੀ ਸਾਡੀ ਪਹਿਲੀ ਗੱਲ ਤਾਂ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਲੀਮੈਂਟ, ਸੋ ਇਸ ਕਰਕੇ ਪਾਰਟੀ ਦੇ ਜਿਹੜੇ ਹਿਤੈਸ਼ੀ ਨੇ ਅਸੀਂ ਉਹਨਾਂ ਨੂੰ ਇਕੱਠੇ ਕਰਨਾ ਪਹਿਲਾਂ ਨਿਸ਼ਾਨਾ ਸਾਡਾ। ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵਜ਼ੀਰੀਆਂ ਹਾਸਲ ਕੀਤੀਆਂ, ਰਾਜ ਸਭਾ ਮੈਂਬਰ ਬਣੇ, ਵਿਧਾਇਕ ਬਣੇ, ਕੀ ਤੁਸੀਂ ਆਪਣੇ ਵਿਧਾਇਕਪਣ ਤੋਂ ਫਿਰ ਅਸਤੀਫਾ ਦਿਓਗੇ ਜਾਂ ਰਾਜ ਸਭਾ ਮੈਂਬਰ ਤੋਂ ਤੁਹਾਡੇ ਪਿਤਾ ਜੀ? ਦੇਖੋ ਗੱਲ ਇਹ ਹੈ, ਸਾਨੂੰ ਪਾਰਟੀ ਨੇ ਬਣਾਇਆ, ਅਸੀਂ ਅੱਜ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ। ਜਾਂ ਤਾਂ ਕੋਈ ਕਹਿ ਦੇ ਵੀ ਅਸੀਂ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਾਂ, ਜੋ ਪਾਰਟੀ ਦੇਖੋ ਜਦ ਤੱਕ ਅਸੀਂ ਉਹ ਕਮੀਆਂ ਦੂਰ ਨਹੀਂ ਕਰਾਂਗੇ ਉਹਨਾਂ ਚਿਰ ਪਾਰਟੀ ਮਜ਼ਬੂਤ ਨਹੀਂ ਹੋ ਸਕਦੀ। ਅਤੇ ਨਾਲੇ ਸਾਡਾ ਕੋਈ ਪੂਰਾ ਜੀਵਨ ਜਿਹੜਾ ਹੈ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਘਿਆ, ਅਤੇ ਅਸੀਂ ਉਹਨਾਂ ਦੇ ਕੰਮ ਦੇ ਆਧਾਰ 'ਤੇ ਜਿਹੜਾ ਹੈ ਇਹ ਲੋਕਾਂ ਦੇ ਪਿਆਰ ਦੇ ਆਧਾਰ 'ਤੇ ਇਹ ਜਿਹੜੇ ਇਲੈਕਸ਼ਨਾਂ ਜਿੱਤੇ ਆ ਜਾਂ ਇਹ ਪ੍ਰਾਪਤ ਕੀਤੀਆਂ, ਸੋ ਉਹ ਅਸੀਂ ਜਿਹੜੇ ਲੋਕਾਂ ਨੇ ਸਾਨੂੰ ਚੁਣਿਆ ਉਹਨਾਂ ਤੋਂ ਜਿਹੜਾ ਅਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਕਿਵੇਂ ਦੇਖ ਕੇ ਸਕਦੇ। ਸਿੱਖ ਮੂਵਮੈਂਟ 'ਚ ਜ਼ਿਆਦਾ ਚਰਚਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ SGPC ਨੂੰ ਲੈ ਕੇ ਹੀ ਹੋਣ 'ਚ ਆਇਆ, ਅਤੇ ਉਹਦੇ ਨਾਲ ਹੀ ਉਹ ਆਪਣੀ ਜਿਹੜੀ ਹੈ ਇਲੈਕਸ਼ਨ ਲੜ ਰਿਹਾ, ਕੀ ਤੁਸੀਂ SGPC ਇਲੈਕਸ਼ਨ ਦੇ ਵਿੱਚ ਕੋਈ ਆਪਣੀ ਵੱਖਰੀ ਮੂਵਮੈਂਟ ਲੈ ਕੇ ਚੱਲੋਗੇ? ਸਾਰਿਆਂ ਦੀ ਮੈਂ ਕਿਹੜਾ ਸਭ ਤੋਂ ਪਹਿਲਾਂ ਨਿਸ਼ਾਨਾ ਹੀ SGPC ਹੋਣਾ ਚਾਹੀਦਾ, ਕਿਉਂਕਿ ਸਾਡੀ ਪਾਰਟੀ ਦਾ ਜੇ ਮੂਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਬਣ ਕੇ, ਪਰ ਇੱਕ ਫੈਸਲਾ ਜ਼ਰੂਰ ਕੀਤਾ ਗਿਆ ਜਿਹੜਾ ਕੱਲ੍ਹ ਅਸੀਂ ਉੱਥੇ ਮਤਾ ਪਾਇਆ ਕਿ ਜਿਹੜੇ ਲੋਕ ਸਿਆਸਤ ਦੇ ਵਿੱਚ ਨੇ, ਜਿਹੜੇ ਕੋਈ ਸਿਆਸੀ ਅਹੁਦਿਆਂ ਲਈ ਲੜਦੇ ਨੇ ਚੋਣਾਂ ਜਾਂ ਜਿਹੜੇ ਸਿਆਸੀ ਅਹੁਦੇ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਨੇ, ਉਹ ਕਿਸੇ ਤਰ੍ਹਾਂ ਦੀ ਵੀ ਧਾਰਮਿਕ ਖੇਤਰ ਦੇ ਵਿੱਚ SGPC ਦੇ ਵਿੱਚ ਉਹ ਬਿਲਕੁਲ ਦਖਲ ਨਹੀਂ ਦੇਣਗੇ, ਨਾ ਹੀ ਉਹ ਅਸੀਂ ਚੋਣਾਂ ਲੜਨਗੇ। ਇਹ ਦੋਨਾਂ ਖੇਤਰ ਨੂੰ ਭਾਵੇਂ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਛਤਰੀ ਥੱਲੇ ਹੀ ਉਹ ਕੰਮ ਕਰਨ, ਪਰ ਉਹ ਜਿਹੜਾ ਹੈ ਉਹਨਾਂ ਦਾ ਅੱਡ ਅੱਡ ਜਿਹੜਾ ਹੈ ਆਪਦਾ ਖੇਤਰ ਹੋਣਾ ਚਾਹੀਦਾ। ਇਹਨਾਂ ਚੀਜ਼ਾਂ ਦੇ ਨਾਲ ਕਈ ਵਾਰੀ ਜਿਹੜਾ ਪਿਛਲੇ ਸਮੇਂ 'ਚ ਆਪਾਂ ਦੇਖਿਆ ਬਹੁਤ ਨੁਕਸਾਨ। ਤੁਸੀਂ ਜਿਹੜੀ ਫਸਟ ਮੀਟਿੰਗ ਦਿੱਲੀ ਦੇ ਵਿੱਚ ਕੀਤੀ ਹੈ, ਉੱਥੇ ਤੁਹਾਡੇ ਨਾਲ ਹੋਰ ਵੀ ਅਕਾਲੀ ਦਲ ਤੋਂ ਨਿਰਾਸ਼ ਹੋਏ ਨੇਤਾ ਜੁੜੇ ਨੇ, ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਤੁਹਾਨੂੰ ਦਿੱਲੀ 'ਚੋਂ? ਤੁਸੀਂ ਖੁਦ ਦੇਖੋਗੇ ਉੱਥੇ ਲੋਕਾਂ ਨੂੰ ਖੜ੍ਹੇ ਹੋਣ ਦੀ ਜਗ੍ਹਾ ਨਹੀਂ ਸੀ, ਲੋਕ ਸਾਈਡਾਂ 'ਤੇ ਖੜ੍ਹ ਕੇ ਉਹਨਾਂ ਨੇ ਉਸ ਫੰਕਸ਼ਨ ਦੇ ਵਿੱਚ ਭਾਗ ਲਿਆ, ਅਤੇ ਇਹ ਸਾਫ ਜ਼ਾਹਰ ਕਰਦਾ ਸੀ ਕਿ ਲੋਕ ਜਿਹੜਾ ਹੈ ਜਿਹੜੀ ਸੋਚ ਨੂੰ ਅਸੀਂ ਲੈ ਕੇ ਚੱਲੇ ਉਹ ਸੋਚ ਦੇ ਨਾਲ ਸਾਡੇ ਨਾਲ ਸਹਿਯੋਗ ਕਰੇ। ਡਿਸਟ੍ਰਿਕਟ ਮਾਨਸਾ ਦੇ ਵਿੱਚੋਂ ਤੁਸੀਂ ਜਿਹੜਾ ਚੱਲ ਰਿਹਾ, ਕਿਹਨੂੰ ਪ੍ਰੈਫਰੈਂਸ ਦਿੰਦੇ ਹੋ ਉੱਥੋਂ ਡਿਸਟ੍ਰਿਕਟ ਮਾਨਸਾ ਤੋਂ? ਨਹੀਂ, ਅਸੀਂ ਪ੍ਰੈਫਰੈਂਸ ਕਿਸੇ ਨੂੰ ਕੀ ਦੇਣੀ ਹੈ, ਅਸੀਂ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਸਾਡੀ ਕੋਈ ਇਹ ਜਿਹੜੀ ਨਾ ਤਾਂ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਹੈ, ਨਾ ਹੀ ਕਿਸੇ ਵਾਸਤੇ ਹੈ, ਇਹ ਤਾਂ ਲੋਕਾਂ ਦੀ ਹੈ, ਪਾਰਟੀ ਦੀ ਹੈ, ਅਸੀਂ ਤਾਂ ਸਾਰਿਆਂ ਨੂੰ ਸਾਡੇ ਤਾਂ ਜਿਹੜਾ ਸਾਰੇ ਵਾਸਤੇ ਅਸੀਂ ਤਾਂ ਬੇਨਤੀ ਕਰਦੇ ਹਾਂ ਸਮਾਂ, ਇੱਕ ਤਾਂ ਕਹਿੰਦੇ ਨਾ ਤੁਸੀਂ ਵੈਲਕਮ ਕਰ, ਸਾਡੀ ਤਾਂ ਬੇਨਤੀ ਕਰਦੇ ਹਾਂ ਵੀ ਆਪਾਂ ਜਿਹੜਾ ਹੈ ਇਸ ਕਾਲਜ ਦੇ ਵਿੱਚ ਇਕੱਠੇ ਹੋ ਕੇ ਹੀ ਆਪਾਂ ਕੁਛ ਪ੍ਰਾਪਤੀ ਕਰ ਸਕਦੇ, ਇਕੱਲਾ ਇਕੱਲਾ ਕੋਈ ਕੁਛ ਨਹੀਂ। ਆਖਰ ਜਿਹੜੇ ਪਾਰਟੀ ਦੇ ਵਰਕਰ ਨੇ, ਹਮਦਰਦ ਨੇ, ਜਿਹੜੇ ਪਾਰਟੀ ਦੀ ਇਸ ਸਥਿਤੀ ਤੋਂ ਨਿਰਾਸ਼ ਨੇ, ਉਹਨਾਂ ਜਿਹੜੀ ਹੈ ਜੋ ਸਾਰੇ ਘਟਨਾਕ੍ਰਮ ਤੋਂ ਨਿਰਾਸ਼ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਇਕੱਠੇ ਹੋ। ਅੱਛਾ, ਤੁਸੀਂ ਇੱਥੇ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਹੋ, ਇੱਥੇ ਤੁਹਾਡੇ ਨਾਲ ਅਕਾਲੀ ਕਾਂਗਰਸੀ ਜਾਂ ਹੋਰ ਪਾਰਟੀਆਂ ਦੇ ਜਿਹੜੇ ਬੰਦੇ ਨਾ ਉਹ ਤੁਹਾਨੂੰ ਮਿਲੇ ਨਾ,
ਉਹ ਸਾਰੇ ਹੀ ਆਪੋ ਆਪਣੇ ਆ ਜਿਹੜੇ ਲੀਡਰ ਲੋਕਲ ਲੀਡਰ ਨਾ ਉਹਨਾਂ ਤੋਂ ਨਾਰਾਜ਼ ਚੱਲ ਰਹੇ ਨੇ, ਤੁਹਾਨੂੰ ਉਹਨਾਂ ਦਾ ਰਿਸਪੋਂਸ ਵੇਖ ਕੇ ਕੀ ਲੱਗਿਆ? ਦੇਖੋ ਮੈਂ ਤਾਂ ਬੜਾ ਧੰਨਵਾਦੀ ਹਾਂ ਵੀ ਜੋ ਸੰਗਤ ਨੇ ਪਿਆਰ ਦਿਖਾਇਆ, ਅਤੇ ਇਹ ਇੱਕ ਗੱਲ ਦੀ ਸਾਨੂੰ ਹੌਸਲਾ ਦਿੰਦਾ ਵੀ ਜਿਹੜੇ ਅਸੀਂ ਰਸਤੇ 'ਤੇ ਚੱਲੇ ਹਾਂ ਉਹ ਸਹੀ ਹੈ, ਅਤੇ ਅਸੀਂ ਯਤਨ ਵੀ ਸਾਡਾ ਇਹ ਹੋਏਗਾ ਵੀ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੇ ਅਨੁਸਾਰ ਚੱਲੀਏ। ਕਈ ਵਾਰ ਕੀ ਹੁੰਦਾ ਅਸੀਂ ਆਪਦੀ ਸੋਚ ਲੈ ਕੇ ਚੱਲ ਪੈਂਦੇ ਹਾਂ ਵੀ ਅਸੀਂ ਐਂ ਕਰਨਾ ਉਹ ਕਰਨਾ, ਪਰ ਲੋੜ ਹੈ ਸਿਆਸੀ ਪਾਰਟੀਆਂ ਨੂੰ ਉਹ ਲੋਕਾਂ ਦੀਆਂ ਭਾਵਨਾਵਾਂ ਸਮਝ ਕੇ ਉਹਨਾਂ ਦੇ ਜਿਹੜਾ ਮੁਤਾਬਕ ਚੱਲਿਆ ਜਾਵੇ। ਅਤੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਹੀ ਵੀ ਅਕਾਲੀ ਅਤੇ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਨੇ, ਜੋ ਤੁਹਾਡੇ ਨਾਲ ਵੀ ਜੁੜ ਰਹੇ ਨੇ, ਤੁਹਾਡੇ ਨਾਲ ਸੰਪਰਕ ਕਰ ਰਹੇ ਨੇ ਲਗਾਤਾਰ ਤੁਹਾਡੇ ਸੰਪਰਕ 'ਚ ਨਾ, ਵੀ ਤੁਸੀਂ ਕੀ ਆਪਦੀ ਕੋਈ ਅੱਡ ਪਾਰਟੀ ਬਣਾਓਗੇ ਜਾਂ ਕਿਸੇ ਹੋਰ ਪਾਰਟੀ ਨੂੰ ਸਮਰਥਨ ਦਿਓਗੇ, ਜਾਂ ਤੁਹਾਡਾ ਜਿਹੜਾ ਆਉਣ ਵਾਲਾ ਭਵਿੱਖਾ ਵੀ ਉਹ ਤੁਸੀਂ ਕੀ ਸੋਚਿਆ? ਦੇਖੋ ਅਸੀਂ ਤਾਂ ਜਿਵੇਂ ਕਹਿੰਦੇ ਇੱਕ ਸੋਚ ਲੈ ਕੇ ਚੱਲੇ ਹਾਂ, ਉਹ ਸੋਚ ਤੇ ਸਾਰੇ ਜਿਹੜੇ ਉਸ ਸੋਚ ਨੂੰ ਪਰਨਾਏ ਹੋਏ ਨੇ ਜਾਂ ਉਸ ਸੋਚ ਨਾਲ ਸਹਿਮਤ ਨੇ, ਸਾਰਿਆਂ ਨਾਲ ਰਾਏ ਕਰਕੇ ਅਸੀਂ ਫੈਸਲਾ ਕਰਾਂਗੇ। ਜੇ ਕੋਈ ਕਹਾਂ ਮੈਂ ਕੋਈ ਇਕੱਲਾ ਫੈਸਲਾ ਕਰਨ ਵਾਲਾ ਕੌਣ, ਇੱਕ ਇੱਕ ਬੰਦੇ ਦੀ ਰਾਏ ਮੈਟਰ ਕਰਦੀ ਹੈ, ਸਾਰਿਆਂ ਨਾਲ ਰਾਏ ਕਰਕੇ ਜਿਹੜਾ ਵੀ ਚੰਗੇ ਵਾਸਤੇ ਹੋਇਆ ਪੰਜਾਬ ਦੇ ਵਾਸਤੇ ਅਕਾਲੀ ਦਲ ਦੀ ਸੋਚ ਲਈ ਉਹ ਅਸੀਂ ਚੱਲਾਂਗੇ। ਅਕਾਲੀ ਦਲ ਨਾਲੋਂ ਵੱਖ ਹੋਣ ਦਾ ਤੁਹਾਡਾ ਮੇਨ ਮਨੋਰਥ ਕੀ ਸੀ? ਤੁਹਾਨੂੰ ਅਕਾਲੀ ਦਲ ਪਸੰਦ ਨਹੀਂ ਸੀ ਜਾਂ ਪਰਿਵਾਰ ਨਹੀਂ ਪਸੰਦ ਸੀ ਜਾਂ ਕਿਹੋ ਜਿਹਾ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਚਾਹੁੰਦੇ ਤੁਸੀਂ? ਮੁੱਖ ਤਾਂ ਜਿਸ ਤਰ੍ਹਾਂ ਦੀ ਅਕਾਲੀ ਦਲ ਦੀ ਕਾਰਗੁਜ਼ਾਰੀ ਸੀ, ਜੋ ਅਕਾਲੀ ਦਲ ਦੇ ਜਿਹੜਾ ਹੈ ਜਿਸ ਤਰੀਕੇ ਨਾਲ ਅਕਾਲੀ ਦਲ ਚੱਲ ਰਿਹਾ ਸੀ ਉਸ ਤਰੀਕੇ ਤੋਂ ਹੀ ਅਸੀਂ ਨਾਰਾਜ਼ ਹੋ ਕੇ ਚੱਲੇ। ਅਕਾਲੀ ਦਲ ਨੂੰ ਤਾਂ ਅਸੀਂ ਜਿਹੜਾ ਹੈ ਸਾਡੇ ਖੂਨ ਦੇ ਵਿੱਚ ਹੈ, ਅਕਾਲੀ ਦਲ ਤਾਂ ਜੋ ਸਾਨੂੰ ਦਿੱਤਾ ਹੈ ਉਹ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਮੈਂ ਸਮਝਦਾ ਅਸੀਂ ਆਪਦੀ ਜੇ ਮੈਂ ਸਭ ਜ਼ਿੰਦਗੀ ਵੀ ਦੇ ਦਈਏ ਤਾਂ ਅਕਾਲੀ ਦਲ ਦੀ ਸੋਚ ਨੂੰ ਉਹ ਵੀ ਘੱਟ। ਆਵਾਜ਼ੀ ਕੌਮ ਟੀਵੀ ਲਈ ਮਾਨਸਾ ਤੋਂ ਪੱਤਰਕਾਰ ਗੁਰਜੀਤ ਸਿੰਘ ਦੀ ਰਿਪੋਰਟ।